ਹੋ ਰਾਜਾ ਰਾਜਾ ਕਹੂੰ ਦੇਖੀ ਜੱਗ ਇਹ ਸਾਰਾ ਅੰਬਰਾਂ ਤੇ ਦਿਸੂ ਜਿਵੇਂ ਲਿਸ਼ਕ ਦਾ ਤਾਰਾ ਕੱਲੇ ਕੱਲੇ ਵਕਤ ਨੂੰ ਦੱਸੂਗਾ ਦੁਬਾਰਾ ਕਿਉਂਕਿ ਅਗਲੇ ਪੈਰੇ ਚ ਆਉਣਾ ਸਿੱਧੂ ਮੂਸੇ ਵਾਲਾ ਕਹਿੰਦਾ ਇੱਕ ਨੀ ਨੌ ਨੌ ਗੀਤ ਲੀਕ ਹੋਏ ਸੀ ਪਰ ਯਾਰਾਂ ਨੇ ਵੀ ਕੋਟ ਸਬਰਾਂ ਦਾ ਪੀਤਾ ਮਾਈਂਡ ਚ ਸਭ ਕੁਛ ਲੋਕ ਰੱਖਿਆ ਕਿਨੇ ਕਦੋਂ ਕਿੱਥੇ ਕੀ ਕੀਤਾ ਕਹਿੰਦਾ ਕਈਆਂ ਨੂੰ ਵਹਿਮ ਸੀ ਕਿ ਦੱਬ ਜਾਣਗੇ ਪਰ ਬਾਬੇ ਨਾਨਕ ਦੀ ਮਿਹਰ ਨਾਲ ਫਿਰ ਆਉਣ ਲੱਗੇ ਡਾਕਟਰ ਨੇ ਟੀਕਾ ਤਾਂ ਪਹਿਲੇ ਹਿਟਰਾਂ ਤੇ ਲਾਇਆ ਆ दोस्तों सिद्धू मूसेवाले का नवा गाना जो कि 13 अगस्त को नवे कलाकार राजा गेमचेंजर नाल रिलीज़ होने जा रहा है जिस नाल वड्डे रिकॉर्ड फिर तो टुटने की पूरी उम्मीद है। पूरी खबर जानने तो पहले जेकर तुहानू भी सिद्धू के नवे गाने की बेसब्री नाल उड़ीक है तो इस वीडियो नू लाइक और शेयर करना ना भुलना और ताज़ा खबरों की जानकारी लिए साडे चैनल नू सबसक्राइब भी जरूर कर लेना। मूसेवाले जट के फैनां लई एक बार फिर तो वड्डी खुशखबरी है क्योंकि सिद्धू के नवे गाने की डेट की अनाउंसमेंट हो चुकी है। जी हाँ दोस्तों, इस बार सिद्धू अपना नवा गाना एक कोलैबोरेशन विच लैके आ रहे हैं एक नवे आर्टिस्ट राजा गेम चेंजर्स दे नाल मिलके। हाल ही च सिद्धू ने अपने इंस्टाग्राम अकाउंट तो लाइव होकर कहा कि वह बहुत सारे दूसरे कलाकारों नाल कोलैबोरेशन करन जा रहे हैं ਅਤੇ ਇਸੇ ਮਹੀਨੇ ਦੇ ਅਖੀਰ ਤੱਕ ਸਿੱਧੂ ਇਸ ਦੇ ਲਈ ਆਪਣਾ ਨਵਾਂ ਲੇਬਲ ਵੀ ਰਿਲੀਜ਼ ਕਰਨ ਜਾ ਰਹੇ ਹਨ ਜਿਸ ਤੋਂ ਸਾਰੇ ਕਲਾਕਾਰਾਂ ਨਾਲ ਕੋਲੈਬੋਰੇਸ਼ਨ ਕੀਤੀਆਂ ਜਾਣਗੀਆਂ। ਪਰ ਉਸ ਤੋਂ ਪਹਿਲਾਂ ਹੀ ਸਿੱਧੂ ਨੇ ਰਾਜਾ ਗੇਮ ਚੇਂਜਰ ਨਾਲ ਮਿਲ ਕੇ ਇੱਕ ਗਾਣੇ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਕਿ ਇਸ ਨਵੇਂ ਕਲਾਕਾਰ ਨੂੰ ਅੱਗੇ ਲਿਆਂਦਾ ਜਾ ਸਕੇ। ਖੁਦ ਰਾਜਾ ਗੇਮ ਚੇਂਜਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਸਭ ਨੂੰ ਜਾਣਕਾਰੀ ਦਿੱਤੀ ਕਿ ਸਿੱਧੂ ਨਾਲ ਉਹਨਾਂ ਦੇ ਨਵੇਂ ਗਾਣੇ ਦੀ ਪੂਰੀ ਤਿਆਰੀ ਹੈ, ਤੁਸੀਂ ਖੁਦ ਇੱਥੇ ਦੇਖੋ। ਹਾਂਜੀ ਹਾਂਜੀ, ਕਿਵੇਂ ਜੀ ਸਾਰੇ? ਮੈਂ ਹੁਣੇ ਲਾਈਵ ਆਇਆ ਸੀਗਾ ਤੇ ਮੈਂ 4 ਕ ਗੱਲਾਂ ਦੱਸੀਆਂ ਉਹਦੇ ਬਾਰੇ ਤੇ ਮੈਂ ਫੇਰ ਦੱਸੂਗਾ ਕਿ ਆਪਣਾ ਗਾਣਾ ਆ ਰਿਹਾ ਜੀ 13 ਤਰੀਕ ਨੂੰ, ਨੋ ਵਰੀਸ। 11 ਤਰੀਕ ਨੂੰ ਆਜੂਗਾ ਟੀਜ਼ਰ ਤੇ ਬਹੁਤ ਘੈਂਟ ਗਾਣਾ ਤੇ 22 ਦਾ ਵਿੱਚ ਇੱਕ ਪੈਰਾ ਸਿੱਧੂ ਮੂਸੇਵਾਲੇ 22 ਦਾ ਤੇ ਮੈਂ 2 ਕ ਲਾਈਨਾਂ ਸਾਂਝੀ ਕਰ ਲੈਂਦਾ ਤੁਹਾਡੇ ਨਾਲ। ਹੋ ਰਾਜਾ ਰਾਜਾ ਕਹੂੰ ਦੇਖੀ ਜੱਗ ਇਹ ਸਾਰਾ ਅੰਬਰਾਂ ਤੇ ਦਿਸੂ ਜਿਵੇਂ ਲਿਸ਼ਕ ਦਾ ਤਾਰਾ ਕੱਲੇ ਕੱਲੇ ਵਕਤ ਨੂੰ ਦੱਸੂਗਾ ਦੁਬਾਰਾ ਕਿਉਂਕਿ ਅਗਲੇ ਪੈਰੇ 'ਚ ਆਉਣਾ ਸਿੱਧੂ ਮੂਸੇਵਾਲਾ। ਬਹੁਤ ਘੈਂਟ ਗਾਣਾ ਜੀ, ਮੇਰਾ ਫੇਵਰੇਟ ਗਾਣਾ, ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਹੈ ਫੁੱਲ। ਅਤੇ ਗਾਣਾ ਆ ਜਾਣਾ 13 ਤਰੀਕ ਨੂੰ ਪਲੈਨਟ ਰੈਕਰਡਸ ਤੋਂ, 11 ਤਰੀਕ ਨੂੰ ਟੀਜ਼ਰ। ਪੋਸਟਰ ਪੈ ਚੁੱਕੇ ਆ, ਸਾਰੇ ਕਰ ਦਿਓ ਸ਼ੇਰ ਵੀਰ ਬਣ ਕੇ। ਥੈਂਕ ਯੂ ਜੀ। ਜਿਵੇਂ ਕਿ ਤੁਸੀਂ ਇੱਥੇ ਦੇਖਿਆ ਕਿ ਰਾਜਾ ਗੇਮ ਚੇਂਜਰ ਨੇ ਇੱਥੇ ਕਿਹਾ ਕਿ 13 ਅਗਸਤ ਨੂੰ ਉਹਨਾਂ ਦਾ ਗੀਤ ਨੋ ਵਰੀਜ਼ ਰਿਲੀਜ਼ ਹੋਣ ਜਾ ਰਿਹਾ ਅਤੇ 11 ਅਗਸਤ ਨੂੰ ਇਸਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ। ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਿੱਧੂ 22 ਦਾ ਇਸ ਗਾਣੇ ਵਿੱਚ ਇੱਕ ਪੈਰਾ ਹੋਵੇਗਾ ਅਤੇ ਇਸੇ ਕਰਕੇ ਫੈਨਸ ਵਿੱਚ ਵੀ ਇਸ ਗਾਣੇ ਨੂੰ ਦੇਖਣ ਦੀ ਐਕਸਾਈਟਮੈਂਟ ਪੂਰੀ ਦਿਖਾਈ ਦੇ ਰਹੀ ਹੈ। ਇਸ ਗਾਣੇ ਵਿੱਚ ਸਿੱਧੂ ਨੇ ਜਿਸ ਤਰ੍ਹਾਂ ਸਿਰਫ ਇੱਕ ਪੈਰਾ ਹੀ ਗਾਇਆ ਅਤੇ ਲੱਗ ਰਿਹਾ ਕਿ ਅੱਜ ਦੇ ਸਮੇਂ ਵਿੱਚ ਜਿਸ ਹਿਸਾਬ ਨਾਲ ਸਿੱਧੂ ਦਾ ਨਾਮ ਪੂਰੀ ਦੁਨੀਆ ਵਿੱਚ ਬਣ ਚੁੱਕਿਆ ਤਾਂ ਜੇਕਰ ਉਹ ਇੱਕ ਪੈਰਾ ਹੀ ਕਿਸੇ ਨਾਲ ਗਾ ਦੇਣ ਤਾਂ ਉਸ ਕਲਾਕਾਰ ਦੇ ਪੂਰੇ ਕਰੀਅਰ ਨੂੰ ਹੀ ਬੂਸਟ ਮਿਲ ਜਾਂਦੀ ਹੈ ਅਤੇ ਇਸੇ ਤਰ੍ਹਾਂ ਹੀ ਸਿੱਧੂ ਸਭ ਨੂੰ ਸਪੋਰਟ ਕਰ ਰਹੇ ਹਨ। ਤੇ ਦੋਸਤੋ, ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਰਾਜਾ ਗੇਮ ਚੇਂਜਰ ਨਾਲ ਸਿੱਧੂ ਦਾ ਨਵਾਂ ਗਾਣਾ ਨੋ ਵਰੀਜ਼ ਨੂੰ ਵੀ ਫੈਨਸ ਦਾ ਪੂਰਾ ਸਾਥ ਮਿਲੇਗਾ ਅਤੇ ਗਾਣਾ ਰਿਕਾਰਡ ਬਣਾਉਣ ਵਿੱਚ ਕਾਮਯਾਬ ਰਹੇਗਾ? ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।